ਮੋਗਾ ਦੇ ਰਹਿਣ ਵਾਲੇ ਇੱਕ ਹੋਰ ਪੰਜਾਬੀ ਨੂੰ ਮਨੀਲਾ ਵਿੱਚ ਗੋਲੀਆਂ ਨਾਲ ਜਾਨੋਂ ਮਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਖਹਿਰਾ ਪਿੰਡ ਤਖਾਨ ਦਾ ਰਹਿਣ ਵਾਲਾ ਸੀ ਅਤੇ 8 ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ। ਮ੍ਰਿਤਕ ਮਨੀਲਾ ਵਿੱਚ ਫਾਈਨੈਂਸ ਦਾ ਕੰਮ ਕਰਦਾ ਸੀ ਤੇ ਰੋਜ਼ ਦੀ ਤਰ੍ਹਾਂ ਆਪਣੀ ਪਤਨੀ ਸਮੇਤ ਕਾਰ ਵਿੱਚ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਅਮਨਦੀਪ ਸਿੰਘ ਨੂੰ ਭੁੰਨ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਘਟਨਾ ਦੀ ਖਬਰ ਉਹਨਾਂ ਨੂੰ ਉੱਥੇ ਰਹਿੰਦੇ ਪੰਜਾਬੀਆਂ ਨੇ ਫੋਨ ਕਰਕੇ ਦਿੱਤੀ ਹੈ। ਉਹਨਾਂ ਨੇ ਸ਼ੱਕ ਦਿਤਾਇਆ ਹੈ ਕਿ ਅਮਨਦੀਪ ਦਾ ਕਤਲ ਕਿਸੇ ਪੰਜਾਬੀ ਨੇ ਹੀ ਕਰਵਾਇਆ ਹੈ ਕਿਉਂਕਿ ਉਹਨਾਂ ਦੇ ਲੜਕੇ ਦਾ ਮਨੀਲਾ ਵਿੱਚ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ। ਫਿਲਹਾਲ ਨੌਜਵਾਨ ਦੀ ਮੌਤ ਦੀ ਖਬਰ ਨਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਉਹ ਜੀ ਕੰਮ 'ਤੇ ਚੱਲੇ ਸੀਗੇ ਜਾਂ ਸਵਾ 6 ਵਜੇ ਮੇਰੇ ਤਾਂ 7 ਵਜੇ ਫੋਨ ਆਇਆ ਕਹਿੰਦਾ ਸੀ ਆਪਣੇ ਮੁੰਡੇ ਦੇ ਜਾਂ ਗੋਲੀਆਂ ਮਾਰਤੀਆਂ ਦੇ ਨਾਲ ਨੂੰਹ ਬੈਠੀ ਸੀ ਮੇਰੀ ਉਹਦੇ ਵੀ ਬੱਖੀ 'ਚ ਲੱਗ ਗਏ ਸਿਰੇ 'ਚ ਉਹਦਾ ਆਪਰੇਸ਼ਨ ਹੋਇਆ ਵੱਡਾ ਅਤੇ ਉਹ ਵੀ ਐਮਰਜੈਂਸੀ ਹੋਈ ਹੈ ਮੁੰਡੇ ਆਪਣੇ ਮੌਕੇ 'ਤੇ ਮੌਤ ਹੋ ਗਈ। 4 ਸਾਲ ਤੋਂ ਰਹਿੰਦੇ ਸੀ ਕੀ ਕੰਮ ਕਰਦੇ ਸੀ ਅਤੇ ਫਾਈਨੈਂਸ ਦਾ ਕੰਮ ਕਰਦੇ ਸੀ ਸਾਨੂੰ ਤਾਂ ਹੋਰ ਮੁੰਡੇ ਨੇ ਫੋਨ ਮਾਰਿਆ ਜੀ ਬਸ ਰਿਸ਼ਤੇਦਾਰ ਨੇ ਫੋਨ ਲਾਇਆ ਵੀ ਇਸ ਕਰਕੇ ਦੂਜਾ ਵੀ ਆਪਣੇ ਮੁੰਡਿਆਂ ਦੇ ਫੇਰ ਮਾਰਤੇ ਇੰਨੇ ਫਿਰ ਫੋਨ ਆਏ। ਮੋਗਾ ਤੋਂ ਹਰਪਾਲ ਸਿੰਘ ਖਬਰ ਹਰਪਲ ਇੰਡੀਆ ਲਈ।